ਹੈਲੋ ਫਰੈਂਡਸ ਸਾਰਿਆਂ ਲਈ ਖੁਸ਼ਖਬਰੀ ਹੈ ਜੀ ਬਿਜਲੀ ਬੋਰਡ ਦੀ ਨਵੀਂ ਭਰਤੀ ਆ ਚੁੱਕੀ ਹੈ ਕਿੰਨੀਆਂ ਪੋਸਟਸ ਹੈ ਕੁਆਲਿਫਿਕੇਸ਼ਨ ਕੀ ਹੈ ਗੱਲ ਕਰਾਂਗੇ ਇਹੋ ਜਿਹੀਆਂ ਸਾਰੀਆਂ ਪੋਸਟਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਜੀ ਸਟਾਰਟ ਕਰਦੇ ਆਂ ਵੀਡੀਓ ਜੀ ਆਨਲਾਈਨ ਡੇਟ ਹੈ ਜਿਹੜੀ ਸਟਾਰਟਿੰਗ ਡੇਟ 25 2021 ਸਵੇਰੇ 10 ਵਜੇ ਤੋਂ ਹੈ ਜੀ ਲਾਸਟ ਡੇਟ ਜਿਹੜੀ ਹੈ ਉਹ 11 6 2021 ਸ਼ਾਮ 5 ਵਜੇ ਤੱਕ ਹੈ ਅਤੇ ਫੀਸ ਭਰਨ ਦੀ ਲਾਸਟ ਡੇਟ ਹੈ ਜਿਹੜੀ ਸਟੇਟ ਬੈਂਕ ਆਫ ਇੰਡੀਆ ਦੇ ਥਰੂ ਉਹ 15 6 2021 ਹੈ ਨੈਕਸਟ ਗੱਲ ਕਰਦੇ ਆ ਡਿਟੇਲ ਐਡਵਰਟਾਈਜ਼ਮੈਂਟ ਦੀ ਪੋਸਟ ਜਿਹੜੀਆਂ ਜੀ ਆਰਕੀਟੈਕਟ ਦੀ ਇੱਕ ਪੋਸਟ ਹੈ ਲਾਈਨਮੈਨ ਦੀਆਂ 350 ਪੋਸਟਾਂ ਨੇ ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ ਦੀਆਂ 150 ਪੋਸਟਸ ਨੇ ਜੀ ਗੱਲ ਕਰਦੇ ਆ ਕੁਆਲੀਫਿਕੇਸ਼ਨ ਦੀ ਆਰਕੀਟੈਕਟ ਦੇ ਲਈ ਕੁਆਲੀਫਿਕੇਸ਼ਨ ਡਿਗਰੀ ਹੈ ਜੀ ਜਾਂ ਡਿਪਲੋਮਾ ਇਨ ਆਰਕੀਟੈਕਚਰ ਚ ਅਤੇ ਐਕਸਪੀਰੀਅੰਸ ਹੈ ਜਿਹੜਾ ਘੱਟੋ ਘੱਟ 5 ਸਾਲ ਦਾ ਹੋਵੇ ਜੀ ਆਰਕੀਟੈਕਚਰ ਦੇ ਫੀਲਡ ਚ ਡਿਗਰੀ ਜਾਂ ਡਿਪਲੋਮੇ ਤੋਂ ਬਾਅਦ ਨੈਕਸਟ ਗੱਲ ਕਰਦੇ ਆ ਐਕਸਪੀਰੀਅੰਸ ਦੀ ਜੀ ਅਮੰਗਸਟ ਦਾ ਮੈਂਬਰ ਆਫ ਦਾ ਪੰਜਾਬ ਕਾਰਪੋਰੇਸ਼ਨ ਅਸਿਸਟੈਂਟ ਆਰਕੀਟੈਕਟਸ ਜਿਸ ਦੇ ਕੋਲ ਘੱਟੋ ਘੱਟ 5 ਸਾਲ ਦਾ ਤਜਰਬਾ ਹੋਵੇ ਦੁਬਾਰਾ ਇਹਨਾਂ ਨੇ ਅਲੱਗ ਤੋਂ ਐਕਸਪੀਰੀਅੰਸ ਦੇ ਵਿੱਚ ਲਿਖਤਾ ਜੀ ਗੱਲ ਕਰਦੇ ਆ ਅਸਿਸਟੈਂਟ ਲਾਈਨਮੈਨ ਦੀ 350 ਪੋਸਟਸ ਦੀ ਪੰਜਾਬੀ ਹੈ ਜਿਹੜੀ 10ਵੀਂ ਪੱਧਰ ਤੱਕ ਦੀ ਪਾਸ ਕੀਤੀ ਹੋਵੇ ਅਤੇ ਰੈਗੂਲਰ ਆਈ.ਟੀ.ਆਈ ਮੰਗਿਆ ਉਹਨਾਂ ਨੇ ਰੈਗੂਲਰ ਆਈ.ਟੀ.ਆਈ ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਦੀ ਹੋਣੀ ਚਾਹੀਦੀ ਹੈ ਜੀ ਨੈਕਸਟ ਗੱਲ ਕਰਦੇ ਹਾਂ ਜੀ ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ ਦੀਆਂ ਡੈਸਕ ਟੋਪ ਪੋਸਟਸ ਦੀ ਪੰਜਾਬੀ ਇਹ ਜਿਹੜੀ 10ਵੀਂ ਪੱਧਰ ਤੱਕ ਦੀ ਕੀਤੀ ਹੋਣੀ ਚਾਹੀਦੀ ਹੈ ਅਤੇ ਫੁੱਲ ਟਾਈਮ ਆਈ.ਟੀ.ਆਈ ਹੋਣੀ ਚਾਹੀਦੀ ਹੈ ਇਲੈਕਟ੍ਰੀਸ਼ੀਅਨ ਤੇ ਵਾਇਰਮੈਨ ਦੀ ਜਿਹੜੀ ਸੈਲਰੀ ਰਹੇਗੀ ਇਹਨਾਂ ਸਾਰੀਆਂ ਪੋਸਟਸ ਦੀ ਉਹ 7th ਸੈਂਟਰਲ ਪੇ ਕਮਿਸ਼ਨ ਦੇ ਅਕੋਰਡਿੰਗ ਰਹੇਗੀ ਜੀ ਉਹ ਨੈਕਸਟ ਗੱਲ ਕਰਦੇ ਹਾਂ ਅੱਗੇ ਆਪਾਂ ਇੱਕ ਉਹ ਇੰਪੋਰਟੈਂਟ ਨੋਟਸ ਦਿੱਤੇ ਇਹਨਾਂ ਨੇ ਜੀ ਉਪਰਕਤ ਅਸਾਮੀਆਂ ਨੇ ਜਿਹੜੀਆਂ ਪਰਖਾਲ ਦਾ ਸਮਾਂ 3 ਸਾਲ ਹੈ ਤੇ ਜਦ ਸਮੇਂ ਸਿਰ ਸਰਕਾਰ ਵੱਲੋਂ ਜਿਹੜੀਆਂ ਗਾਈਡਲਾਈਨਸ ਹੁੰਦੀਆਂ ਨੇ ਉਹਨਾਂ ਦੇ ਅਕੋਰਡਿੰਗ ਰਹੇਗਾ। ਅਧੇ ਲੇਬਰ ਲੇਬਰ ਰੇਟ ਹੈ ਜਿਹੜਾ ਪੋਸਟ ਦੇ ਅਨੁਸਾਰ ਲਾਗੂ ਹੋਵੇਗਾ ਜੀ। ਪੋਸਟਸ ਨੇ ਜਿਹੜੀਆਂ ਕੈਨਸਲ ਕਰਨ ਦਾ ਜਾਂ ਵਿਧਾਨ ਘਟਾਉਣ ਦਾ ਹੱਕ ਹੈ ਜਿਹੜੇ ਇਹਨਾਂ ਕੋਲੇ ਰੱਖਮ ਹੈ ਜੀ। ਨੌਲੇਜ ਉਹ ਪੰਜਾਬੀ ਇਹਨਾਂ ਨੇ ਕਿਹਾ 10ਵੀਂ ਪੱਧਰ ਤੱਕ ਦੀ ਪੰਜਾਬੀ ਇਹ ਜਿਹੜੀ ਸਭ ਨੇ ਪਾਸ ਕੀਤੀ ਹੋਣੀ ਚਾਹੀਦੀ ਹੈ। ਏਜ ਲਿਮਿਟ ਦੀ ਗੱਲ ਕਰ ਲੈਣੇ ਜੀ ਸਾਰੀਆਂ ਪੋਸਟਸ ਦੇ ਜਿਹੜੀਆਂ ਉਹਨਾਂ ਦੇ ਲਈ ਅਲੱਗ-ਅਲੱਗ ਇਹਨਾਂ ਨੇ ਦੱਸਿਆ ਹੋਇਆ ਆਰਕੀਟੈਕਟ ਜਿਹੜੀ 20 ਤੋਂ 37 ਸਾਲ ਏਜ ਰਹੇਗੀ ਜੀ ਤੇ ਲਾਈਨਮੈਨ ਦੇ ਲਈ 18 ਤੋਂ 37 ਸਾਲ ਹੈ ਧਿਆਨ ਦਿਓ ਅਗਰ ਕਿਸੇ ਕੈਂਡੀਡੇਟ ਦੀ 20 ਸਾਲ ਤੋਂ ਘੱਟ ਉਮਰ ਹੈ ਆਰਕੀਟੈਕਟ ਲਈ ਅਪਲਾਈ ਕਰ ਸਕਦਾ ਨਹੀਂ ਕਰ ਸਕਦਾ 20 ਤੋਂ 37 ਸਾਲ ਤੱਕ ਕਰ ਸਕਦਾ ਜੀ 18 ਤੋਂ 37 ਸਾਲ ਏਜ ਹੈ ਜਿਹੜੀ ਅਸਿਸਟੈਂਟ ਲਾਈਨਮੈਨ ਤੇ ਅਸਿਸਟੈਂਟ ਸਬਸਟੇਸ਼ਨ ਅਟੈਂਡੈਂਟ ਦੀ ਹੈ ਜੀ ਰੈਕਸੇਸ਼ਨ ਅਕੋਰਡਿੰਗ ਟੂ ਕੈਟੇਗਰੀ ਰਹੇਗੀ ਐਸ ਸੀ ਐਸ ٹی ਲਈ 5 ਸਾਲ ਦੀ ਆਪਾਂ ਨੂੰ ਪਤਾ ਹੈ ਫਿਜ਼ੀਕਲੀ 10 ਸਾਲ ਦੀ ਹੈ ਬਾਕੀ ਗੱਲ ਕਰਦੇ ਆ ਜੀ ਇਹ ਸਾਰੀਆਂ ਸ਼ਰਤਾਂ ਦਾ ਤੁਹਾਨੂੰ ਤੁਹਾਨੂੰ ਪਤਾ ਹੈ ਸਿਲੈਕਸ਼ਨ ਪ੍ਰੋਸੈਸ ਦੀ ਸਿਲੈਕਸ਼ਨ ਪ੍ਰੋਸੈਸ ਕੀ ਰਹੇਗਾ ਜੀ ਆਰਕਟੈਕਟ ਜਿਹੜਾ ਐਸ ਪਰ ਕੁਆਲਿਫੀਕੇਸ਼ਨ ਸਬਜੈਕਟ 60 ਮਾਰਕਸ ਰਹਿਣਗੇ ਜੀ ਉਹਦੇ 40 ਮਾਰਕਸ ਦੀ ਜੀ ਕੇ ਅਵੇਅਰਨੈਸ ਰੀਜ਼ਨਿੰਗ ਤੇ ਐਬਿਲਿਟੀ ਤੇ ਇੰਗਲਿਸ਼ ਲੈਂਗੁਏਜ ਹੋਏਗੀ ਜੀ ਟੋਟਲ ਮਾਰਕਸ 100 ਮਾਰਕਸ ਨੇ ਨੈਕਸਟ ਗੱਲ ਕਰਦੇ ਆਂ ਦੀ ਲਾਈਨਮੈਨ ਦੀ 80 ਕੁਆਲਿਫਿਕੇਸ਼ਨ ਮਾਰਕਸ ਨੇ ਜਿਹੜੇ ਜੀ ਉਹਨਾਂ ਦੇ ਐਜੂਕੇਸ਼ਨਲ ਕੁਆਲਿਫਿਕੇਸ਼ਨ ਦੇ ਹੋਣਗੇ ਤੇ 20 ਮਾਰਕਸ ਨੇ ਜਿਹੜੇ ਜੀ ਕੇ ਅਵੇਰਨੈਸ ਜਾਂ ਰਿਲੇਟਿੰਗ ਆਫ ਦਾ ਸਟੇਟ ਆਫ ਪੰਜਾਬ ਦੇ ਹੋਣਗੇ ਟੋਟਲ 100 ਮਾਰਕਸ ਨੇ ਜੀ ਮੀਡੀਅਮ ਹੈ ਜਿਹੜਾ ਪੰਜਾਬੀ ਤੇ ਇੰਗਲਿਸ਼ ਹੋਏਗਾ ਆਰਕੀਟੈਕਟ ਦਾ ਮੀਡੀਅਮ ਹੈ ਜਿਹੜਾ ਐਗਜ਼ਾਮ ਦਾ ਉਹ ਕੱਲਾ ਇੰਗਲਿਸ਼ ਹੋਏਗਾ ਜੀ ਨੈਕਸਟ ਸਟੇਸ਼ਨ ਅਟੈਂਡੈਂਟ ਦੀ ਗੱਲ ਕਰ ਲੈਨੇ ਆ 80 ਮਾਰਕਸ ਦੇ ਜਿਹੜੇ ਉਹਨਾਂ ਦੇ ਐਜੂਕੇਸ਼ਨਲ ਕੁਆਲਿਫਿਕੇਸ਼ਨ ਦੇ ਸਬਜੈਕਟਾਂ ਦੇ ਹੋਣਗੇ ਅਤੇ 20 ਮਾਰਕਸ ਦਾ ਜਿਹੜਾ ਪੇਪਰ ਆਏਗਾ ਉਹ ਜੀਕੇ ਦਾ ਅਵੇਅਰਨੈਸ ਚ ਆਏਗਾ ਟੋਟਲ 100 ਮਾਰਕਸ ਦਾ ਆਏਗਾ ਪੇਪਰ ਹੈ ਜਿਹੜਾ ਪੰਜਾਬੀ ਤੇ ਅੰਗਰੇਜ਼ੀ ਚ ਦੋਨਾਂ ਚ ਹੋਏਗਾ ਜੀ ਧਿਆਨ ਦਿਓ ਜਿਨ੍ਹਾਂ ਨੇ ਜਿਹੜੀ ਕੁਆਲੀਫਿਕੇਸ਼ਨ ਪੜ੍ਹੀ ਹੈ ਉਹਨਾਂ ਚੋਂ 80-80 ਮਾਰਕਸ ਦਾ ਪੇਪਰ ਆਏਗਾ ਦੋਨਾਂ ਪੋਸਟਾਂ ਦੇ ਲਈ ਆਰਕੀਟੈਕਟ ਚੋਂ 60 ਮਾਰਕਸ ਦਾ ਪੇਪਰ ਆਏਗਾ ਜੀ ਨੈਕਸਟ ਗੱਲ ਕਰਦੇ ਆਂ ਆਪਾਂ ਜਨਰਲ ਕੈਂਡੀਡੇਟ ਹੈ ਜਿਹੜਾ ਉਹਦੇ ਲਈ ਘੱਟੋ-ਘੱਟ 50% ਮਾਰਕਸ ਨੇ ਜਿਹੜੀ ਜੀ ਟੈਸਟ ਤੋਂ ਲੈਣੇ ਜ਼ਰੂਰੀ ਨੇ ਰਿਜ਼ਰਵ ਕੈਂਡੀਡੇਟ ਦੇ ਲਈ ਘੱਟੋ-ਘੱਟ 40% ਮਾਰਕਸ ਲੈਣੇ ਨੇ ਜੀ ਅਗਰ ਇਹਨਾਂ ਤੋਂ ਘੱਟ ਮਾਰਕਸ ਲੈਂਦੇ ਐ ਤਾਂ ਉਹਨਾਂ ਨੂੰ ਐਲੀਜੀਬਲ ਨਹੀਂ ਮੰਨਿਆ ਜਾਵੇਗਾ ਕੁਆਲੀਫਾਈ ਨਹੀਂ ਕਰ ਸਕਦੇ ਉਹ ਫੇਲ ਮੰਨਿਆ ਜਾਏਗਾ ਜੀ ਉਹਨਾਂ ਨੂੰ ਆਨਲਾਈਨ ਟੈਸਟ ਹੋਏਗਾ ਧਿਆਨ ਦਿਓ ਕਈ ਕੈਂਡੀਡੇਟਸ ਪੁੱਛ ਲੈਂਦੇ ਸਰ ਵੀ ਜਿਹੜਾ ਟੈਸਟ ਹੈਗਾ ਉਹ ਆਨਲਾਈਨ ਹੋਏਗਾ ਜਾਂ ਪੇਪਰ ਹੋਏਗਾ ਬਸ ਆਨਲਾਈਨ ਟੈਸਟ ਹੋਏਗਾ ਧਿਆਨ ਦਿਓ pstcl.org ویب سائٹ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਚ ਦੇ ਦੇਣਗੇ ਉਤੋਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਪਲੇਸਮੈਂਟ ਤੇ ਜਿਹੜੀ ਪੰਜਾਬ ਚ ਕਿਤੇ ਵੀ ਹੋ ਸਕਦੀ ਹੈ ਅਪਲਾਈ ਕਰਨ ਦਾ ਤਰੀਕਾ ਤੁਹਾਨੂੰ ਦੱਸਤਾ pstcl.org ویب سائٹ ਤੇ ਜਾ ਕੇ ਤੁਸੀਂ ਕਲਿੱਕ ਕਰਨਾ ਹੈ ਐਗਰੀ ਕਰਨਾ ਹੈ ਯੂਜ਼ਰ ਆਈਡੀ ਪਾਸਵਰਡ ਹੈ ਜਿਹੜਾ ਈਮੇਲ ਆਈਡੀ ਮੋਬਾਈਲ ਤੇ ਆਏਗਾ ਠੀਕ ਹੈ ਆਪਦਾ ਮੋਬਾਈਲ ਨੰਬਰ ਦੀ ਈਮੇਲ ਆਈਡੀ ਉਹੀ ਦਿਓ ਜਿਹੜੀ ਤੁਸੀਂ ਡੇਲੀ ਯੂਜ਼ ਕਰਦੇ ਹੋ ਅਪਲਾਈ ਕਰਨ ਦੇ ਲਈ ਤੇ ਗੁਰੂ ਨਾ ਦਾ ਚੈਨਲ ਬਣਿਆ ਹੋਇਆ ਚੈਨਲ ਨੂੰ ਵਿਜ਼ਿਟ ਕਰ ਲਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਇਹ ਸਾਰੀਆਂ ਚੀਜ਼ਾਂ ਨੇ ਜਿਹੜੀ ਆ ਫੋਟੋ ਸਿਗਨੇਚਰ ਹੈ ਐਪਲੀਕੇਸ਼ਨ ਫਾਰਮ ਹੈ ਅਗਰ ਅਪਲਾਈ ਕਰਨੇ ਵੇਲੇ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਕਮੈਂਟ ਜ਼ਰੂਰ ਕਰ ਦਿਓ ਜੀ ਹਾਰਡ ਕਾਪੀ ਸੈਂਡ ਨਹੀਂ ਕਰਨੀ ਉਹਨਾਂ ਨੂੰ ਜਸਟ ਔਨ ਇਕੱਲਾ ਅਪਲਾਈ ਕਰਨਾ ਹੈ ਤੁਸੀਂ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਦਿੱਤੀਆਂ ਈਮੇਲ ਆਈਡੀ ਮੋਬਾਈਲ ਨੰਬਰ ਪਰਸਨ ਐਜੂਕੇਸ਼ਨ ਡਿਟੇਲਸ ਸਕੈਨਡ ਕਾਪੀ ਰੀਸੈਂਟ ਪਾਸਪੋਰਟ ਸਾਈਜ਼ ਸਿਗਨੇਚਰ ਸਭ ਕੁਝ ਆਪਦੇ ਕੋਲੇ ਰੱਖਿਓ ਫਿਰ ਅਪਲਾਈ ਕਰਨ ਲੱਗਿਓ ਹਾਂਜੀ ਅਗਰ ਕਿਸੇ ਕੈਫੇ ਵਾਲੇ ਤੋਂ ਅਪਲਾਈ ਕਰਾਉਨੇ ਹੋ ਤਾਂ ਜਿਹੜੀ ਇਨਫੋਰਮੇਸ਼ਨ ਉਹ ਫਿਲ ਕਰੂਗਾ ਧਿਆਨ ਨਾਲ ਦੇਖ ਲਿਓ ਉਹਨੂੰ ਇੱਕ ਵਾਰ ਇਨਫੋਰਮੇਸ਼ਨ ਫਿਲ ਹੋ ਗਈ ਮੁੜ ਕੇ ਚੇਂਜ ਕਰਨੀ ਓਕੇ ਐਪਲੀਕੇਸ਼ਨ ਫੀਸ ਦੀ ਗੱਲ ਕਰਦੇ ਹਾਂ ਜੀ ਐਸਸੀ ਕੈਂਡੀਡੇਟ ਹੈ ਜਿਹੜੀ ਉਹਨਾਂ ਦੀ 1200 ਆਲ ਕੈਟਾਗਰੀ ਐਕਸੈਪਟ ਈਡਬਲਯੂਐਸ ਐਸਸੀ ਐਂਡ ਪਰਸਨ ਵਿਦ ਡਿਸੇਬਿਲਟੀ ਇਹਨਾਂ ਨੂੰ ਛੱਡ ਕੇ ਬਾਕੀਆਂ ਦੇ ਲਈ ਫੀਸ 1200 ਰੁਪਏ ਹੈ ਜੀ ਜੀਐਸਟੀ 216 ਰੁਪਏ ਟੋਟਲ 1416 ਰੁਪਏ ਫੀਸ ਹੈ ਜੀ ਬਾਜੀ ਬਾਜੀ ਐਸੀ ਕੈਟਾਗਰੀ ਹੈ ਜਿਹੜੀ ਉਹਦੇ ਲਈ 480 ਰੁਪਏ ਤੇ 86 ਰੁਪਏ ਜਿਹੜੇ ਜੀਐਸਟੀ ਦੇ 566 ਰੁਪਏ ਫੀਸ ਹੈ ਜੀ ਜਿਹੜੇ ਡਿਸੇਬਲ ਪਰਸਨ ਨੇ ਉਹਨਾਂ ਦੇ ਲਈ 600 ਪਲੱਸ 108 ਜੀਐਸਟੀ 708 ਰੁਪਏ ਫੀਸ ਹੈ ਜੀ ਈਡਬਲਯੂਐਸ ਕੈਂਡੀਡੇਟ ਦੇ ਲਈ ਸੇਮ ਫੀਸ ਹੈ 480 ਤੇ 86 ਟੋਟਲ 566 ਰੁਪਏ ਬੈਂਕ ਚਾਰजेस ਅਲੱਗ ਤੋਂ ਨੇ ਜੀ ਜੀਜੀਓ ਆਈ ਦੀ ਗਵਰਨਮੈਂਟ ਆਫ ਇੰਡੀਆ ਦੇ ਗਾਈਡਲਾਈਨ ਅਕੋਰਡਿੰਗ ਹੈ ਨੈਕਸਟ ਗੱਲ ਕਰਦੇ ਹਾਂ ਜੀ ਆਪਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਧਿਆਨ ਨਾਲ ਪੜ ਲਿਓ TADS ਇਹ ਸਭ ਕੁਝ ਨਹੀਂ ਦਿੱਤਾ ਜਾਏਗਾ ਆਪਾਂ ਨੋਰਮਲ ਗੱਲਾਂ ਨਹੀਂ ਇਹਨਾਂ ਦਾ ਸਭ ਤੋਂ ਪਤਾ ਦਾ ਸਕੋਰ ਮੋਬਾਈਲ ਨੋਰਮਲਾਈਜੇਸ਼ਨ ਦਾ ਮੈਥਡ ਇਹਨਾਂ ਨੇ ਦਿੱਤਾ ਹੋਇਆ ਇਹ ਸਾਰੀਆਂ ਚੀਜ਼ਾਂ ਇੱਕ ਵਾਰੀ ਆਪਾਂ ਟੈਲੀਗ੍ਰਾਮ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਉਥੇ ਪਾ ਦੇਾਂਗੇ ਪੀਡੀਐਫ ਨੂੰ ਡਿਟੇਲ ਚ ਪੜ ਲਿਓ ਜੀ ਅਗਰ ਕੁਝ ਵੀ ਨਹੀਂ ਪਤਾ ਲੱਗਿਆ ਤਾਂ ਕਮੈਂਟ ਕਰ ਦਿਓ ਇਹ ਸਾਰੀਆਂ ਪੋਸਟਰ ਨੇ ਜਿਹੜੀਆਂ ਜੇ ਚਾਰਟ ਦਿੱਤਾ ਹੋਇਆ ਇਹਨਾਂ ਦਾ ਵੀ ਕਿਹੜੇ ਕੈਂਡੀਡੇਟ ਦੀਆਂ ਕਿੰਨੀਆਂ ਪੋਸਟਸ ਰਹਿ ਗਈਆਂ ਨਵੇਂ ਆਰਕੀਟੈਕਟ ਦੀ ਦਾ ਇੱਕ ਪੋਸਟ ਅਨ ਰਿਜ਼ਰਵਡ ਹੀ ਹੈ ਅਸਿਸਟੈਂਟ ਲਾਈਨਮੈਨ ਦੀਆਂ 350 ਪੋਸਟਾਂ ਨੇ ਕਿਹੜੇ ਕੈਟਾਗਰੀ ਦੀਆਂ ਕਿੰਨੀਆਂ ਪੋਸਟਸ ਨੇ ਇਹ ਤੁਸੀਂ ਧਿਆਨ ਨਾਲ ਜਦੋਂ ਟੈਲੀਗ੍ਰਾਮ ਦਾ ਲਿੰਕ ਹੈ ਚੈਨਲ ਨੀਚੇ ਡਿਸਕ੍ਰਿਪਸ਼ਨ ਚ ਉਤੋਂ ਇਹ ਪੀਡੀਐਫ ਫਾਈਲ ਹੈ ਜਿਹੜੀ ਡਾਊਨਲੋਡ ਕਰ ਲਿਓ ਤੇ ਇਹ ਡਿਟੇਲ ਪੜ੍ਹ ਲਿਓ ਅਪਲਾਈ ਕਰਨ ਕੱਲ ਦੀ ਡੇਟ ਅਪਲਾਈ ਕਰਨ ਦੀ ਹੈ ਅਪਲਾਈ ਕਰ ਦਿਓ ਫਟਾਫਟ ਜਿਹੜੇ ਕੈਂਡੀਡੇਟਸ ਤੁਸੀਂ ਰਿਜ਼ਰਵੇਸ਼ਨ ਆਪਣੀਆਂ ਕੁਆਲਿਫਿਕੇਸ਼ਨ ਪੂਰੀ ਕਰਦੇ ਹੋ ਜੀ ਹੋਰ ਪੋਸਟਸ ਚੈਨਲ ਤੇ ਪਈਆਂ ਨੇ ਚੈਨਲ ਨੂੰ ਵਿਜ਼ਿਟ ਕਰ ਲਿਓ ਦੇਖ ਲਿਓ ਜੀ ਬਾਕੀ ਪੋਸਟਾਂ ਦੇ ਨਾਲ ਜਾਂ ਕੋਈ ਹੋਰ ਇਨਫੋਰਮੇਸ਼ਨ ਆਉਂਦੀ ਹੈ ਤਾਂ ਜਲਦ ਹੀ ਲੈ ਕੇ ਹਾਜ਼ਰ ਹੋਵਾਂਗੇ ਅਤੇ ਸਟਾਫ ਨਰਸਸ ਦਾ ਪੇਪਰ ਵੀ ਆ ਗਿਆ ਜੀ ਜਿਨ੍ਹਾਂ ਨੇ ਦਿੱਤਾ ਹੋਇਆ ਐਗਜ਼ਾਮ ਆ ਗਿਆ ਜੀ ਉਹਦਾ ਚੈੱਕ ਕਰ ਲਿਓ ਵੈਬਸਾਈਟ ਨੂੰ ਮਿਲਦੇ ਆਂ ਵਧੀਆ ਜੀਆਂ ਪੋਸਟਸ ਨਾਲ ਤਦ ਤੱਕ ਦੇ ਲਈ ਬੀ ਸੇਫ ਸਟੇ ਕਨੈਕਟਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਸਾਨੂੰ ਵੀ ਥੋੜਾ ਹੌਸਲਾ ਹੋ ਜਾਂਦਾ ਤੇ ਜਿਹੜੇ ਕੈਂਡੀਡੇਟ ਹੈਗੇ ਉਹਨਾਂ ਨੂੰ ਹੈਲਪ ਵੀ ਮਿਲ ਜਾਂਦੀ ਹੈ ਠੀਕ ਹੈ ਜੀ ਹੋਰ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਤੱਕ ਵੀਡੀਓ ਜ਼ਰੂਰ ਸ਼ੇਅਰ ਕਰ ਦਿਆ ਕਰੋ ਬਾਏ ਬਾਏ